हेलो फ्रेंड्स, वेलकम बैक माय यूट्यूब चैनल। सो अज असी बनावांगे कढ़ाही पनीर। तो हुण असी स्टार्ट करते हैं कढ़ाही पनीर बनाना। तो एक पैन सब तो पहले असी पावांगे ऑयल, तो इस मैं साबुत लहसुन पावांगी, तुसी चाहो तो चॉप कर सकते हो। हुण असी इस ऐड करांगे थोड़े वड्डे साइज कटे हुए प्याज, तो इन्हां नूं चंगी तरह मिक्स कर लांगे। ਇਹਦੇ ਵਿੱਚ ਪਾਵਾਂਗੇ ਅਸੀਂ ਟਮਾਟਰ, ਉਹ ਵੀ ਵੱਡੇ ਸਾਈਜ਼ 'ਚ ਹੀ ਕੱਟ ਕੇ ਪਾਉਣੇ ਹੈ। ਹੁਣ ਅਸੀਂ ਇਹਨਾਂ ਨੂੰ ਮਿਕਸੀ 'ਚ ਪਾ ਕੇ ਇਹਨਾਂ ਦਾ ਸਮੂਥ ਪੇਸਟ ਬਣਾ ਲਾਂਗੇ। ਅਤੇ ਹੁਣ ਅਸੀਂ ਦੂਜੇ ਪੈਨ 'ਚ ਪਾਵਾਂਗੇ ਥੋੜ੍ਹਾ ਆਇਲ, ਅਤੇ ਇਹ 'ਚ ਅਸੀਂ ਹੁਣ ਕੈਪਸੀਕਮ ਨੂੰ ਥੋੜ੍ਹਾ ਰੋਸਟਡ ਕਰਾਂਗੇ। ਥੋੜ੍ਹਾ ਜ਼ਿਆਦਾ ਨਹੀਂ ਕਰਨਾ, ਬਸ ਥੋੜ੍ਹਾ ਕਰਨਾ, ਇਹਦਾ ਕਲਰ ਨਹੀਂ ਜਾਣਾ ਚਾਹੀਦਾ। ਅਤੇ ਮੈਂ ਕੜਾਹੀ ਪਨੀਰ ਦੇ ਲਈ ਜਿਹੜੇ ਪਿਆਜ਼ ਸੀ ਉਹਨਾਂ ਨੂੰ ਵੀ ਰੋਸਟਰ ਕੀਤਾ ਹੋਇਆ ਹੈ ਥੋੜ੍ਹੇ ਜਿਹੇ। ਅਤੇ ਹੁਣ ਮੈਂ ਇਸ ਪੈਨ 'ਚ ਪਾਵਾਂਗੀ ਜੀਰਾ, ਅਤੇ ਜਿਹੜਾ ਪੇਸਟ ਤਿਆਰ ਕੀਤਾ ਹੋਇਆ ਉਹ ਪਾਵਾਂਗੀ, ਨਮਕ, ਹਲਦੀ, ਮਿਰਚ ਪਾਊਡਰ, ਗਰਮ ਮਸਾਲਾ, ਧਨੀਆ ਪਾਊਡਰ, ਅਤੇ ਮੈਂ ਸਬਜ਼ੀ ਮਸਾਲਾ ਪਾਵਾਂਗੀ। ਅਤੇ ਹੁਣ ਅਸੀਂ ਇਹਨਾਂ ਨੂੰ ਮਿਕਸ ਕਰ ਦਾਂਗੇ। ਜਦੋਂ ਸਾਡਾ ਮਸਾਲਾ ਰੈਡੀ ਹੋ ਜਾਏਗਾ ਤਾਂ ਅਸੀਂ ਇਹ 'ਚ ਕੈਪਸੀਕਮ ਅਤੇ ਪਿਆਜ਼ ਜੋ ਕੱਟੇ ਹੋਏ ਨੇ ਉਹ ਪਾ ਦਾਂਗੇ। ਅਤੇ ਅਸੀਂ ਦੂਜੇ ਪੈਨ 'ਚ ਆਇਲ ਪਾਵਾਂਗੇ, ਅਤੇ ਅਸੀਂ ਥੋੜ੍ਹਾ ਪਨੀਰ ਨੂੰ ਰੋਸਟਡ ਕਰ ਲਾਂਗੇ। ਜੇ ਤੁਸੀਂ ਚਾਹੋ ਤਾਂ ਐਵੇਂ ਕੱਟ ਕੇ ਪਾ ਸਕਦੇ ਹੋ, ਜੇ ਤੁਸੀਂ ਥੋੜ੍ਹਾ ਹਲਕਾ ਨੂੰ ਰੋਸਟਡ ਕਰਕੇ ਪਾਉਣਾ ਚਾਹੁੰਦੇ ਹੋ ਤਾਂ ਰੋਸਟਡ ਕਰਕੇ ਵੀ ਪਾ ਸਕਦੇ ਹੋ। ਅਤੇ ਸਾਡਾ ਜਿਹੜਾ ਕੜਾਹੀ ਪਨੀਰ ਆ ਉਹ ਰੈਡੀ ਹੈ। ਜਿਹੜੀ ਕੜਾਹੀ ਪਨੀਰ ਦੀ ਜਿਹੜੀ ਗ੍ਰੇਵੀ ਹੈ ਉਹ ਬਹੁਤ ਜ਼ਿਆਦਾ ਗਾੜੀ ਬਣੀ ਹੈ, ਅਤੇ ਸਾਡਾ ਜਿਹੜਾ ਕੜਾਹੀ ਪਨੀਰ ਆ ਉਹ ਰੈਡੀ ਹੋ ਗਿਆ। ਜੇ ਤੁਸੀਂ ਹੋਰ ਕੁਕਿੰਗ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਐਂਡ ਸ਼ੇਅਰ ਪਲੀਜ਼।